ਖਬਰਾਂ ਦੇ ਖਾਸ ਬਲੇਟਿੰਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਅਤਰ ਸੇਮ ਸਿੰਘ ਮਠਾੜੂ ਗੱਲ ਕਰਾਂਗੇ ਹੁਣ ਤੱਕ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਜਿਨ੍ਹਾਂ ਦੇ ਵਿੱਚੋਂ ਪਹਿਲੀ ਖਬਰ ਪੰਚਾਇਤੀ ਚੋਣਾਂ ਨੂੰ ਲੈ ਕੇ ਆ ਰਹੀ ਹੈ ਕਿ ਦੁਬਾਰਾ ਪੰਚਾਇਤੀ ਚੋਣਾਂ ਹੋਣਗੀਆਂ ਪੰਜਾਬ 'ਚ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ ਤੇ ਹਿੰਸਾ ਬੂਤ ਕੈਪਚਰਿੰਗ ਤੇ ਹੋਰ ਬੇਨਿਜ਼ਮੀਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਹੜੇ ਅਦੇ ਡੈਪਟੀ ਕਮਿਸ਼ਨਰ ਡੀਸੀ ਤੋਂ ਪ੍ਰਾਪਤ ਰਿਪੋਰਟ ਤੋਂ ਬਾਅਦ ਚੋਣ ਕਮਿਸ਼ਨ ਨੇ ਚਾਰ ਜ਼ਿਲ੍ਹਿਆਂ ਦੀਆਂ ਅੱਠ ਪੰਚਾਇਤਾਂ ਵਿੱਚ ਪੰਚਾਇਤੀ ਚੋਣਾਂ ਦੁਬਾਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਦੁਬਾਰਾ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ ਇਸ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਇਸ ਬੰਦੀ ਨੇ ਜਲਦੀ ਹੀ ਫੈਸਲਾ ਲਿਆ ਜਾਵੇਗਾ ਇਹਨਾਂ ਥਾਵਾਂ ਤੇ ਮੋੜ ਚੋਣਾਂ ਹੋਣਗੀਆਂ ਇਹਨਾਂ ਵਿੱਚ ਮਾਨਸਾ ਫਿਰੋਪਰ ਮੋਗਾ ਅਤੇ ਪਟਿਆਲਾ ਜਾਣਦੀਆਂ ਅੱਠ ਪੰਚਾਇਤਾਂ ਸ਼ਾਮਲ ਨੇ ਚੋਣ ਕਮਿਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਮਾਨਸਾ ਦੇ ਮਾਨਸਾ ਖੁੱਦ ਪੰਚਾਇਤ ਵਿੱਚ ਸਰਪੰਚ ਅਤੇ 5 ਅਹੁਦੇ ਵਾਲੇ ਮੋਰੇ ਚੋਣ ਕਰਵਾਈ ਜਾਵੇਗੀ ਇਸੇ ਤਰ੍ਹਾਂ ਫਰੋਹ ਪਰਦੇ ਪੰਡਲ ਲੋਹੇਕੇ ਖੁੱਦ ਵਿੱਚ ਮੋਰ ਪੰਚਾਇਤੀ ਚੋਣਾਂ ਹੋਣਗੀਆਂ ਮੋਗਾ ਜ਼ਿਲ੍ਹੇ ਦੇ ਪੰਚਾਇਤ ਕੋਟਲਾ ਮਹਿਰ ਸਿੰਘ ਵਾਲਾ ਦੇ ਪੋਲਿੰਗ ਬੂਥ ਨੰਬਰ 118 ਅਤੇ 119 ਵਿੱਚ ਮੋਰ ਵੋਟਾਂ ਪਾਉਣ ਦੇ ਹੁਕਮ ਦਿੱਤੇ ਗਏ ਨੇ ਜ਼ਿਲ੍ਹਾ ਪਟਿਆਲਾ ਦੇ ਪੰਡਲ ਖੁੱਡਾ ਬਲਾਕ ਸਮਰੂਰ ਪਿੰਡ ਪੰਚਾਇਤੀ ਖੇਤੀ ਰਾਜੂ ਬਲਾਕ ਪੁਨਰਹੇੜੀ ਅਤੇ ਪਿੰਡ ਪੰਚਾਇਤ ਕ੍ਰੀਮਨਗਰ ਵਿੱਚ ਚਮੜਾ ਚੋਣਾ ਕਰਵਾਉਂਦਾ ਫੈਸਲਾ ਜਿਹੜਾ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ ਅੱਗੇ ਵਧਦੇ ਸਿੱਧੂ ਮੂਸੇਵਾਲਾ ਦੇ ਪਿੰਡ ਤੋਂ ਖਬਰ ਆ ਰਹੀ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਨੰਬਰਦਾਰ ਗੁਰਸ਼ਰਨ ਸਿੰਘ ਮੂਸਾ ਪਿੰਡ ਮੂਸਾ ਦੇ ਸਰਪੰਚ ਚੁਣੇ ਗਏ ਨੇ ਉਹ ਆਮ ਆਦਮੀ ਪਾਰਟੀ ਦੇ ਵਰਕਰ ਵੀ ਨੇ ਤੇ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਡਾਕਟਰ ਬਲਜੀਤ ਸਿੰਘ ਨੂੰ 413 ਵੋਟਾਂ ਦੇ ਫਰਕ ਨਾਲ ਹਰਾਇਆ 9 ਵਾਰਡਾ ਵਾਲੇ ਪਿੰਡਾਂ ਦੀਆਂ ਕੁੱਲ ਵੋਟਾਂ 2758 ਨੇ ਤੇ 5 ਵਾਰਡਾ ਵਿੱਚ ਪੰਚਾਇਤ ਸਰਸੰਮਤੀ ਹੋ ਗਈ ਸੀ ਜਦੋਂ ਕਿ 4 ਵਾਰਡਾ ਦੇ ਉਮੀਦਵਾਰ ਆਮੋ ਸਾਹਮਣੇ ਸਨ ਕੱਲ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਰਜ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂੰਦਰ ਦੇ ਪਿੰਡ ਪੂੰਦਰ ਵਿੱਚ ਜਗਸੀਰ ਸਿੰਘ ਕਾਨੇਵਾਲਾ ਵਿੱਚ ਕੁਲਵਿੰਦਰ ਕੌਰ ਅਤੇ ਸਾਫਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਪੈਂਡਾ ਮੋਫਰ ਵਿੱਚ ਗੁਰਬਖਸ਼ ਸਿੰਘ ਚੋਣਾ ਚੇਤਨ ਵਿੱਚ ਕਾਮਯਾਬ ਹੋਏ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਉਹ ਵਰਕਰ ਸਨ ਅੱਗੇ ਵਾਧਾ ਹੈ ਕਿ ਨੈਸ਼ਨਲ ਡਰੱਗ ਪ੍ਰਾਈਜ਼ਿੰਗ ਅਥਾਰਟੀ ਨੇ 8 ਦਵਾਈਆਂ ਦੇ 11 ਫਾਰਮੂਲਰੀਆਂ ਕੀਮਤਾਂ ਚ ਪੰਜਾਬ ਵੀ ਇਹਦਾ ਵਾਅਦਾ ਕਰ ਦਿੱਤਾ ਜਾਣ ਕੇ ਦਵਾਈਆਂ ਜਿਹੜੀਆਂ ਹੁਣ ਮਹਿੰਗੀਆਂ ਹੋ ਗਈਆਂ ਨੇ ਇਹ ਫੈਸਲਾ ਇਹਨਾਂ ਦਵਾਈਆਂ ਨੂੰ ਬਨਾਉਂਗੇ ਲਾਗਤ ਵਧਨ ਕਾਰਨ ਲਿਆ ਗਿਆ ਨੈਸ਼ਨਲ ਡਰੱਗ ਪ੍ਰਾਈਜ਼ਿੰਗ ਅਥਾਰਟੀ ਨਾਲ ਹੋਈ ਮੀਟਿੰਗ ਤੋਂ ਹਨ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਵਾਈਆਂ ਦੀਆਂ ਕੀਮਤਾਂ ਵਿੱਚ 100% ਵਾਅਦਾ ਕਰਨ ਦਾ ਫੈਸਲਾ ਜਿਹੜਾ ਲਿਆ ਗਿਆ ਇਹਨਾਂ ਦਵਾਈਆਂ ਤੇ ਉਹ ਵੱਧ ਤੋਂ ਵੱਧ ਰੇਟ ਐਵੇਂ ਘਟਸਣ ਕਿ ਇਹਨਾਂ ਦੇ ਨਿਰਮਾਣ ਅਤੇ ਮਾਰਕੀਟਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਘਾਟਾ ਪੈ ਰਿਹਾ ਸੀ ਇਸ ਕਾਰਨ ਕੁਝ ਕੰਪਨੀਆਂ ਨੇ ਇਹਨਾਂ ਵੀ ਮਾਰਕੀਟਿੰਗ ਵੀ ਬੰਦ ਕਰ ਦਿੱਤੀ ਸੀ ਇਸ ਤੋਂ ਬਾਅਦ ਕੁਝ ਕੰਪਨੀਆਂ ਨੇ ਐਨ ਪੀ ਪੀਏ ਨੂੰ ਆਪਣੀ ਮਾਰਕੀਟਿੰਗ ਰੋਕਣ ਦੀ ਅਪੀਲ ਵੀ ਕੀਤੀ ਸੀ ਇਹ ਬਹੁਤ ਹੀ ਮੋਟਲੀਆਂ ਦਵਾਈਆਂ ਹੋਣ ਕਰ ਇਹਨਾਂ ਦੇ ਸਪਲਾਈ ਕਾਫੀ ਪ੍ਰਭਾਵਿਤ ਹੋਈ ਤੇ ਮਰੀਜ਼ਾਂ ਦੇ ਨਾਲ ਨਾਲ ਡਾਕਟਰਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਹੜੀਆਂ ਕਿਹੜੀਆਂ ਦਵਾਈਆਂ ਦੇ ਰੇਟ ਵਧਨੇ ਉਸ ਬਾਰੇ ਦੱਸ ਦਿੰਦੇ ਆ ਐਨ ਪੀ ਪੀਏ ਦੁਆਰਾ ਜਿਨ੍ਹਾਂ ਦਵਾਈਆਂ ਦੀ ਕੀਮਤਾਂ 'ਚ ਵਾਧਾ ਕੀਤਾ ਹੈ ਉਹਨਾਂ ਵਿੱਚ ਗਲਾਕੋਮਾ ਦਮਾ ਟੀਬੀ ਤਜ਼ੀਮੀ ਅਤੇ ਮਾਨਸਿਕ ਸਿਹਤ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਨੇ ਜਿਨ੍ਹਾਂ ਦੇ ਫਾਰਮੂਲੇ ਦੀਆਂ ਦਰਾਬੰਦੀਆਂ ਨੇ ਉਹਨਾਂ ਵਿੱਚ ਸ਼ਾਮਲ ਹਨ ਬੈਜ਼ਾਇਲ ਪੈਨਿਸਲਿਨ ਦਾ 10 ਲੱਖ IU ਇੰਜੈਕਸ਼ਨ ਸਲਬੂਮਟੋਲ ਗੋਲੀਆਂ 2 ਗ੍ਰਾਮ ਮਿਲੀਗ੍ਰਾਮ ਅਤੇ 4 ਮਿਲੀਗ੍ਰਾਮ ਅਤੇ ਰੈਸਪੀਰੇਟਰ ਸੋਲੂਸ਼ਨ 5 ਮਿਲੀਗ੍ਰਾਮ ਇਹ ਦਵਾਈਆਂ ਪਹਿਲੇ ਲੈਣ ਦੇ ਇਲਾਜ ਵੱਜੋਂ ਵਰਤੀਆਂ ਜਾਂਦੀ ਸਨ ਜੋ ਕਿ ਹੁਣ ਮਹਿੰਗੀਆਂ ਹੋ ਚੁੱਕੀਆਂ ਨੇ ਅੱਗੇ ਗੱਲ ਕਰਦੇ ਹਾਂ ਭਾਰਤ ਕੈਨੇਡਾ ਦੇ ਵਿਚਾਲੇ ਜਿਹੜਾ ਇਸ ਵੇਲੇ ਤਣਾਅ ਬਣਿਆ ਹੋਇਆ ਉਸ ਨੂੰ ਇੱਕ ਲੈ ਕੇ ਵੱਡੀ ਖਬਰ ਆਈ ਹੈ ਭਾਰਤ ਕੈਨੇਡਾ ਵਿੱਚ ਵੱਧ ਰਹੇ ਤਣਾਅ ਨੇ ਪੰਜਾਬ ਦੇ ਕਈ ਨੌਜਵਾਨਾਂ ਤੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਹੁਸ਼ਿਆਰਪੁਰ ਦੇ ਨੌਜਵਾਨ ਕੁਨਾਲ ਸ਼ੈਣੀ ਜੁੜ ਕੇ 21 ਸਾਲਾਂ ਦੇ ਦਾ ਮੰਨਣਾ ਹੈ ਕਿ ਉਸ ਦਾ ਕੈਨੇਡਾ ਵਿੱਚ ਜਾ ਪੜ੍ਹਾਈ ਕਰਨ ਦਾ ਸੁਪਨਾ ਅਧੂਰਾ ਰਹਿ ਜਾਵੇਗਾ ਇਸ ਤਰ੍ਹਾਂ ਹੁਸ਼ਿਆਰਪੁਰ ਦਾ ਅਰਵਿੰਦ ਸ਼ਰਮਾ ਜਿਸ ਦਾ ਪੁੱਤਰ ਕੈਨੇਡਾ ਵਿੱਚ ਪੱਕੇ ਤੌਰ ਤੇ ਵਸਨੀਕ ਹੈ ਉਹ ਡਰ ਰਿਹਾ ਹੈ ਕਿ ਆਪਣੇ ਪੁੱਤਰ ਨੂੰ ਮਿਲ ਲਈ ਉੱਤਰੀ ਅਮਰੀਕਾ ਦੇਸ਼ ਵਿੱਚ ਜਾਣ ਲਈ ਵੀਜ਼ਾ ਹਾਸਲ ਕਰਨਾ ਉਸ ਲਈ ਮੁਸ਼ਕਲ ਹੋ ਜਾਵੇਗਾ। ਭਾਰਤ ਨੇ ਹਰਦੀਪ ਨੇਜਰ ਦੀ ਹਤਿਆ ਮਾਮਲੇ ਵਿੱਚ ਸੋਮਵਾਰ ਨੂੰ 6 ਕੈਨੇਡੀਅਨ ਡਿਪਲੋਮੈਟਾਂ ਨੂੰ ਦੇਸ਼ ਛੋੜ ਦਿੱਤਾ ਕਿ ਕੈਨੇਡਾ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਵਾਪਸ ਸੱਦਨ ਦਾ ਐਲਾਨ ਕੀਤਾ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਇਸ ਵਾਰ ਰਹੇ ਕੂਟਨੀਤਿਕ ਵਿਵਾਦ ਨੇ ਕਈ ਪਰਿਵਾਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਪੜਾਈ ਕਰਨ ਤੇ ਉੱਥੇ ਵਸਣ ਲਈ ਕੈਨੇਡਾ ਪੰਜਾਬ ਦੇ ਲਈ ਸਾਬਤ ਹੋ ਪਸੰਦੀਦਾ ਦੇਸ਼ਾਂ ਵਿੱਚੋਂ ਇੱਕ ਹੈ ਕਪੂਥਲਾ ਜਲੰਧਰ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਾਲੇ ਦੁਆਬਾ ਖੇਤਰ ਦੇ ਵੱਡੀ ਗਿਣਤੀ ਦੇ ਲੋਕ ਵਿਦੇਸ਼ਾਂ ਵਿੱਚ ਵਸੇ ਹੋਏ ਨੇ ਇਹਨਾਂ 'ਚੋਂ ਬਹੁਤੇ ਕੈਨੇਡਾ ਅਮਰੀਕਾ ਤੇ ਇੰਗਲੈਂਡ ਵਿੱਚ ਰਹਿ ਰਹੇ ਨੇ ਹੁਸ਼ਿਆਰਪੁਰ ਦੇ ਗੌਤਮ ਨਗਰ ਦੇ ਵਸਨੀਕ ਕੁਨਾਲ ਸੈਣੀ ਨੇ ਸਥਿਤੀ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਉਸ ਦਾ ਸੁਪਨਾ ਹੁਣ ਪੂਰਾ ਨਾ ਹੁੰਦਾ ਨਜ਼ਰ ਨਹੀਂ ਆ ਰਿਹਾ 3 ਸਾਲ ਪਹਿਲਾਂ ਵਿਦਿਆਰਥੀ ਵਿਜੇਤ ਕੈਨੇਡਾ ਗਈ ਉਸ ਦੀ ਭੈਣ ਕਮਿਕਾ ਸੈਨੂ ਉਸ ਨੂੰ ਕੈਨੇਡਾ ਤੇ ਦਰਪੇਸ਼ ਚੁਣੌਤੀਆਂ ਬਾਰੇ ਜਾਣਕਾਰੀ ਦੇ ਰਹੀ ਹੈ ਉਸ ਨੇ ਆਪਣੇ ਭਰਾ ਨੂੰ ਦੱਸਿਆ ਕਿ ਕੈਨੇਡੀਅਨ ਸਰਕਾਰ ਨੇ ਉਹਨਾਂ ਤੇ ਸਖਤ پابੰਦੀਆਂ ਲਾ ਦਿੱਤੀਆਂ ਨੇ ਮੌਜੂਦਾ ਹਾਲਾਤ ਦੇਖਦਿਆਂ ਕਨਾਲ ਨੇ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਆਪਣੀ ਯੋਜਨਾ ਬਦਲਣ ਦਾ ਫੈਸਲਾ ਕੀਤਾ ਤੇ ਹੁਣ ਉੱਚ ਸਿੱਖਿਆ ਲਈ ਹੋਰ ਬਦਲ ਲਾ ਰਿਹਾ ਹੈ ਜਾਣਕਾਰੀ ਅਨੁਸਾਰ ਕੈਨੇਡਾ ਜਾਣ ਵਾਲੇ ਕੁੱਲ ਭਾਰਤੀ ਵਿਦਿਆਰਥੀਆਂ ਚੋਂ 70% ਪੰਜਾਬੀ ਨੇ ਭਗਵਾੜਾ ਦੇ ਇੱਕ ਵਿਅਕਤੀ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੂੰ ਕੂਟਨੀਤਿਕ ਰਿਸ਼ਤੇ ਜਲਦੀ ਹੀ ਸੁਲਝਾ ਲੈਣੇ ਚਾਹੀਦੇ ਨੇ ਅਗਲੀ ਵੱਡੀ ਖਬਰ ਉਡਾਨਾਂ ਨੂੰ ਲੈ ਕੇ ਕਿ ਪਿਛਲੇ 48 ਘੰਟਿਆਂ ਦੇ 10 ਉਡਾਨਾਂ ਬੰਬ ਦੀਆਂ ਧਮਕੀਆਂ ਮਿਲਣ ਦੇ ਮਾਮਲੇ ਨੂੰ ਸਖਤੀ ਨਾਲ ਲੈਂਦਾ ਹੋਇਆ ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਬੁੱਧਵਾਰ ਜਾਨਕਿ ਅੱਜ ਹਾਈ ਲੈਵਲ ਮੀਟਿੰਗ ਸੱਦੀ ਹੈ ਜਦੋਂ ਤਰਾ ਮੁਤਾਬਕ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਬੰਬ ਦੀ ਧਮਕੀ ਨੂੰ ਲੈ ਕੇ ਸੁਰੱਖਿਆ ਬਾਰੇ ਕੀਤੀ ਜਿਸ ਚ ਹਵਾਬਾਜ਼ੀ ਨਾਲ ਜੁੜੀਆਂ ਸੁਰੱਖਿਆ ਏਜੰਸੀਆਂ ਨੇ ਹਿੱਸਾ ਲਿਆ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿੰਨਾ ਸੋਸ਼ਲ ਮੀਡੀਆ ਅਕਾਊਂਟਾਂਹੀਂ ਜਹਾਜ਼ ਵਿੱਚ ਬੰਬ ਹੋਣ ਦੀ ਅਫਵਾਹ ਫੈਲਾਈ ਗਈ ਸੀ ਉਹਨਾਂ ਨੂੰ ਬਲਾਕ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਸੁਰੱਖਿਆ ਏਜੰਸੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਮਿਲ ਰਹੀਆਂ ਅਜਿਹੀਆਂ ਧਮਕੀਆਂ ਵਿੱਚੋਂ ਕੁਝ ਲੰਡਾ ਸਮੇਤ ਕੁਝ ਹੋਰ ਦੇਸ਼ਾਂ ਨਾਲ ਸਬੰਧਤ ਨੇ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਉਹ ਜਾਂਚ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਸੂਚਨਾ ਨੂੰ ਅਫਵਾਹ ਨਹੀਂ ਮਨਜ਼ਰ ਆਦੇ ਕਿਉਂਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ ਉਤੇ ਜੇਕਰ ਸੋਸ਼ਲ ਮੀਡੀਆ ਤੇ ਇਹ ਝੂਠੀ ਖਬਰ ਵੀ ਲਿਖ ਦਿੰਦਾ ਕਿ ਜਹਾਜ਼ ਵਿੱਚ ਬੰਬ ਪਿਆ ਤਾਂ ਜਹਾਜ਼ ਨੂੰ ਤੁਰੰਤ ਜਾਂਚ ਲਈ ਨੇੜੀ ਕੀ ਹਵਾਈ ਅੱਡੇ ਤੇ ਉਤਾਰਨਾ ਪੈਂਦਾ ਇਸ ਕਾਰਨ ਸਰਕਾਰ ਨੇ ਹੁਣ ਅਜਿਹੀਆਂ ਝੂਠੀਆਂ ਗੱਲਾਂ ਲਿਖਣ ਜਾਂ ਧਮਕੀਆਂ ਦੇਣ ਵਾਲਾਂ ਖਿਲਾਫ ਸਖਤ ਰੋਕ અપਨਾ ਦਾ ਫੈਸਲਾ ਕੀਤਾ ਹੈ ਮੰਤਰਾਲਾ ਬੁੱਧਵਾਰ ਦੀ ਬੈਠਕ ਵਿੱਚ ਇਸ ਸੰਬੰਧੀ ਆਪਣੀ رائے ਜਿਹੜੀ ਹੈ ਜाहिर ਕਰ ਸਕਦਾ ਹੈ ਅੱਗੇ ਬਾਤ ਇਹ ਹੈ ਕਿ ਮਾਛੀਵਾਲਾ ਅਨਾਜ ਮੰਡੀ 'ਚ ਝੋਨੇ ਦੇ ਸਰਕਾਰੀ ਖਰੀਦ 10 ਅਕਤੂਬਰ ਨੂੰ ਸ਼ੁਰੂ ਹੋਈ ਸੀ ਤੇ ਅੱਜ ਪੰਜ ਦਿਨ ਬਾਅਦ 16 ਅਕਤੂਬਰ ਨੂੰ ਆਰਤੀਆਂ ਨੇ ਮੀਟਿੰਗ ਕਰਕੇ ਫਸਲ ਖਰੀਦ ਦਾ ਕੰਮ ਫਿਰ ਤੋਂ ਜਿਹੜਾ ਬੰਦ ਕਰ ਦਿੱਤਾ ਹੈ ਮਾਛੀਵਾਲਾ ਸੱਚਾ ਸੌਦਾ ਆਰਤੀਆ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਮੋਹਿਤ ਕੁੰਦਰਾ ਦੀ ਅਗਵਾਈ ਹੇਠ ਹੋਈ ਮੀਟਿੰਗ ਉਪਰੰਤ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਪੰਜ ਦਿਨਾਂ ਵਿੱਚ 10 ਲੱਖ ਬੋਰੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਪਰ ਸੈਟਰਨ ਮਾਲਕਾਂ ਨੂੰ ਅਲਾਟਮੈਂਟ ਨਾ ਹੋਣ ਕਾਰਨ ਮੰਡੀ 'ਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਨੇ ਉਹਨਾਂ ਦੱਸਿਆ ਕਿ ਮਾਸੀਵਾੜਾ ਇਲਾਕੇ 'ਚ 32 ਛੇਦਰ ਨੇ ਪਰ ਕੇਵਲ ਇੱਕ ਛੇਦਰ ਨੂੰ ਹੀ ਅਲਾਟਮੈਂਟ ਹੋਈ ਹੈ ਜਦ ਕਿ ਇੱਕ ਕਰਤੀ ਛੇਦਰ ਮਾਲਕਾਂ ਨੇ ਪਿਛਲੇ ਆਰਤੀ ਘਾਟੇ ਨੂੰ ਦੇਖਦਿਆਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕੰਨ ਮੰਡੀਆਂ 'ਚੋਂ ਝੋਨਾ ਚੁੱਕਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਪ੍ਰਧਾਨ ਸ਼੍ਰੀ ਕੁੰਦਰਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ 72 ਘੰਟੇ ਵਿੱਚ ਫਸਲ ਲਿਫਟਿੰਗ ਦਾ ਵਿਸ਼ਵਾਸ ਯਤ ਦਿੱਤਾ ਗਿਆ ਸੀ ਪਰ ਉਹ ਪੂਰਾ ਨਹੀਂ ਹੋ ਰਿਹਾ ਉਹਨੇ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਅੱਜ ਆਰਤੀਆਂ ਨੂੰ ਬਾਰਦਾਨਾ ਦੇਣ ਤੋਂ ਇਨ ਕਾਰਕਾਤ ਤੱਕ ਦੇ ਦੂਸਰੇ ਪਾਸੇ ਮੰਡੀਆਂ ਵਿੱਚ ਫਸਲ ਵੇਚਣ ਆਏ ਕਿਸਾਨਾਂ ਕਿਸਾਨ ਕਈ ਦਿਨਾਂ ਤੋਂ ਆਪਣੀ ਵਾਈ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ ਫਸਲ ਤੁਲਾਈ ਹੋਵੇ ਤਾਂ ਆਪਣੇ ਘਰਾਂ ਨੂੰ ਜਾ ਸਕਣ ਉਹਨਾਂ ਕਿਹਾ ਕਿ ਅੱਜ ਵੀ ਮਾਛੀਵਾਲਾ ਮੰਡੀ ਤੋਂ ਇਲਾਵਾ ਉਪਖਰੀਰ ਕੇਂਦਰ ਹੈਡੋਬੇਟ ਲਖੋਵਾਲ ਸ਼ੇਰਪੁਰ ਬੇਟ ਅਤੇ ਬੁਰਜ ਪਵਾਤ ਵਿੱਚ 10 ਲੱਖ ਤੋਂ ਵੱਧ ਬੋਰੀ ਫਸਲ ਤੁਲਾਈ ਦੇ ਇੰਤਜ਼ਾਰ ਲਈ ਪਈ ਹੈ ਜਦਕਿ ਕਿਸਾਨ ਰੋਜ਼ਾਨਾ ਟਰਾਲੀਆਂ ਭਰ ਕੇ ਆਪਣੀ ਫਸਲ ਵਿਚਨ ਲਈ ਤੇਜ਼ੀ ਨਾਲ ਆ ਰਹੇ ਨੇ ਪ੍ਰદાન ਮੋਹਿਤ ਕੁੰਦਰਾ ਨੇ ਕਿਹਾ ਕਿ ਅੱਜ ਮੀਟਿੰਗ ਚ ਸਰਬਸੰਤੀ ਨਾਲ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਖਰੀਦ ਏਜੰਸੀਆਂ ਲੋੜੀ ਦਾ ਬਾਰਦਾਨਾ ਮੁਹੱਈਆ ਨਹੀਂ ਕਰਵਾਉਂਦੀਆਂ ਅਤੇ ਪ੍ਰਸ਼ਾਸਨ ਲਿਫਟਿੰਗ ਨਹੀਂ ਕਰਵਾਉਂਦਾ ਉਦੋਂ ਤੱਕ ਆਰਤੀਆਂ ਮੰਡੀਆਂ ਵਿੱਚ ਖਰੀਦ ਦਾ ਕੰਮ ਬੰਦ ਰੱਖਣਗੇ ਅੱਗੇ ਬਾਤ ਇਹ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਦਿੱਤੇ ਆਦੇਸ਼ਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਸਨੌਰ ਬਲਾਕ ਦੇ ਪਿੰਡ ਖੁੱਡਾ ਪੁਨਰਹੇੜੀ ਬਲਾਕ ਦੇ ਪਿੰਡ ਖੇੜੀ ਰਾਜੂ ਸਿੰਘ ਅਤੇ ਪਾਪਨਾ ਬਲਾਕ ਦੇ ਪਿੰਡ ਕ੍ਰੀਮਨਗਰ ਜਾਨਕੀ ਚਿਚੜਵਾਲ ਵਿੱਚ ਅੱਜ ਮਿਤੀ 16 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕਨ ਦੋ 12 ਵੋਟਾਂ ਪੈਣਗੀਆਂ ਬੀਤੀ ਰਾਤ ਪ੍ਰਾਪਤ ਹੋਏ ਅੰਕੜਿਆਂ ਅਨੁਸਾਰ ਜ਼ਿਲ੍ਹੇ ਦੇ ਪਿੰਡਾਂ ਵਿੱਚ ಗ್ರಾಮ ਪੰਚਾਇਤ ਚੋਣਾਂ ਵਿੱਚ ਪਾਈਆਂ ਵੋਟਾਂ ਦੀ ਪੋਲਿੰਗ ਪ੍ਰਤੀਸ਼ਤਤਾ 73% ਰਹੀ ਹੈ ਅੱਗੇ ਗੱਲ ਕਰਦੇ ਹਾਂ ਜੋ ਕਿ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਆ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੂਰੀ ਝੋਨਾ ਖਰੀਦ ਅਤੇ ਚੁਕਾਈ ਲਈ 17 ਅਕਤੂਬਰ ਤੋਂ ਟੋਲ ਪਲਾਜੇ ਫ੍ਰੀ ਕਰਨ ਤੇ 18 ਅਕਤੂਬਰ ਤੋਂ ਭਾਜ-ਪਾਦੇ ਮੋਕਗੂੰਾ ਪੰਨੀਤਕਰ ਅਤੇ ਅਰਵਿੰਦ ਖੰਨਾ ਵਰਗੇ ਸਾਰੇ ਆਗੂਆਂ ਸਮੇਤ ਆਪ ਦੇ ਵੱਧ ਤੋਂ ਵੱਧ ਵਿਧਾਇਕਾਂ ਸੰਸਦਾਂ ਦੇ ਮੰਤਰੀਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਗਿਆ ਜੱ태ਬੰਦੀ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਤੇ ਜਨਸਕੱਤਰ ਸੁਖਦੇਵ ਸਿੰਘ ਕੋਕੜੀਕਲਾ ਨੇ ਦੱਸਿਆ ਕਿ ਜੱ태ਬੰਦੀ ਦੀ ਪੰਜ ਮੈਂਬਰੀ ਜ਼ੂਬਾ ਆਗੂ ਕਮੇਟੀ ਦੀ ਟੀਮ ਦੇ ਫੈਸਲੇ ਅਨੁਸਾਰ ਦੋਹਾਂ ਕਿਸਮਾਂ ਦੇ ਮੋਰਚੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਦਿਨ ਰਾਤ ਜਾਰੀ ਰੱਖੇ ਜਾਣਗੇ ਇਹਨਾਂ ਮੱਗਾਂ ਵਿੱਚ ਝੋਨੇ ਦੀ ਪੂਰੇ ਐਮਐਸਪੀ ਤੇ ਨਰਵਿਕਣ ਖਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘਟਮਲ ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕਰਨ ਅਤੇ ਸਰਕਾਰੀ ਸਿਫਾਰਸ਼ ਅਨੁਸਾਰ ਪਾਣੀ ਦੀ ਬਚਤ ਲਈ ਬੀਜੀ ਗਈ ਪੀਆਰ 126 ਕਿਸਮ ਦੇ ਫੂਸਾ 44 ਨਾਲੋਂ ਘਟ ਝਾਰਾ ਤੇ ਐਮਐਸਪੀ ਤੇ ਘਟੋ ਘਟ ਮਿਲੇ ਮੁੱਲ ਦੀ ਕਮੀ ਪੂਰਤੀ ਕਰਨ ਦੇ ਬਾਸਪਰਯਾ ਲਾਭਕਾਰੀ ਐਮਐਸਪੀ ਮਤਨਤੇ ਹੁਣ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਵਾਲੀ ਔਸਤ ਰੇਟ ਤੇ ਖਰੀਦ ਕਰਨ ਸਮੇਤ ਹੁਣ ਤੱਕ ਪਹਿ ਚੁਕੇ ਘਾਟੇ ਦੀ ਕਮੀ ਪੂਰੀ ਕarnataka ਦੇ ਚੋਨੇ ਦੀ ਵੱਧ ਤੋਂ ਵੱਧ ਨਮੀ 22% ਕਰਨ ਅਤੇ ਦਾਗੀ ਦਾਣਿਆਂ ਵਰਗੀਆਂ ਹੋਰ ਸ਼ਰਤਾਂ ਨੂੰ ਨਰਮ ਕਰਨ ਮੰਡੀਆਂ ਮਜ਼ਦੂਰਾਂ ਦੀ ਮਜ਼ਦੂਰੀ ਉਹਨਾਂ ਦੀ ਮੰਗ ਅਨੁਸਾਰ ਮਿਥਨ ਅਤੇ ਹੋਰ ਹੱਕੀ ਮੰਗਾਂ ਮੰਨਣ ਸੰਸਾਰ ਵਪਾਰ ਸੰਸਥਾ ਦੀ ਖੁੱਲੀ ਮੰਡੀ ਦੀ ਨੀਤੀ ਰੱਦ ਕਰਨ ਅਤੇ ਇਸ ਸੰਸਥਾ ਤੋਂ ਬਾਹਰ ਹਰ ਨਵੇਂ ਚੌਲਾਂ ਦੀ ਸਟੋਰੇਜ ਲਈ ਸ਼ੈਦਨ ਮਾਲਕਾਂ ਦੇ ਜਮ੍ਹਾਂ ਪਏ ਚੌਲਾਂ ਦੀ ਚੁਕਾਈ ਤੇਜ਼ੀ ਨਾਲ ਕਰਨ ਅਤੇ ਭਾਰੀ ਸੜਨ ਤੋਂ ਬਗੈਰ ਨਿਵਟਾਰੇ ਲਈ 200 ਰੁਪਏ ਪ੍ਰਤੀ ਕੁਆਟਰ ਬੋਨਸ ਦੇਣ ਦਾ ਜਿਹੜਾ ਐਲਾਨ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਤਾਂ ਦੋਸਤੋ ਇਸsingੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੀਆਂ ਹੋਰ ਖਬਰਾਂ ਨਾਲ ਹੁੰਦ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ